ਕੇਂਦਰੀ ਰੇਲ ਮੰਤਰੀ ਅਸ਼ਨੀ ਵੈਸ਼ਨੋਵਰੇ ਮੁਲਕਾ ਦੇ ਨੌਜਵਾਨੇ ਕੀ ਜਿਹੜੇ ਅਗਨੀਪਥ ਸਕੀਮ ਚ ਪ੍ਰਦਰਸ਼ਨ ਕਰਾ ਕਰਦੇ ਨੇ ਅਪੀਲ ਕੀਤੀ ਹੈ ਜਿਉ ਇਨਸਾ ਕਰੀ ਹੈ ਰੇਲਵੇ ਦੀ ਜਾਇਦਾਦ ਕੀ ਨੁਕਸਾਨ ਨਹੀਂ ਪਜਾਨ ਉਹਨੇ ਆਖਿਆ ਜੇ ਰੇਲਮ ਮੁਲਕਾ ਦੀ ਜਾਇਦਾਦ ਨ ਤੇ ਲੋਕੇ ਦੀ ਸੇਵਾ ਲਈ ਨ ਸ਼੍ਰੀ ਵੈਸ਼ਨੋਵਰੇ ਆਖਿਆ ਜੇ ਕੇਂਦਰ ਸਰਕਾਰ ਉਹਦੇ ਮੁੱਦੇ ਉਪਰ ਗੰਭੀਰਤਾ ਕੰਨੇ ਵਿਚਾਰ ਕਰਾ ਕਰਦੀ ਹੈ